ਇਸੇ ਨੁਸਖੇ ਵਿੱਚ ਸਵਾਗਤ ਹੈ ਦੋਸਤੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਅਤੇ ਦੇਸੀ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਸੀਂ ਘਰ ਵਿੱਚ ਆਸਾਨੀ ਨਾਲ ਤਿਆਰ ਕਰ ਸਕੋ। ਇਸ ਲਈ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਪੂਰੇ ਐਂਡ ਤੱਕ ਦੇਖੋ ਅਤੇ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਕਮੈਂਟ ਬਾਕਸ ਵਿੱਚ ਵੀਡੀਓ ਪ੍ਰਤੀ ਆਪਣੇ ਸੁਝਾਅ ਜ਼ਰੂਰ ਦੇਣਾ। ਸਾਡੇ ਹਰ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਦਬਾ ਕੇ ਅਪਡੇਟ ਰਹੋ। ਅੱਜ ਤੁਹਾਡੇ ਲਈ ਰਸੋਈ ਵਿੱਚ ਕੰਮ ਆਉਣ ਵਾਲੇ ਉਹ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਖਾਣੇ ਨੂੰ ਹੋਰ ਟੇਸਟੀ ਬਣਾ ਸਕਦੇ ਹਾਂ। ਆਓ ਜਾਣੀਏ ਫੰਟਾਸਟਿਕ ਟਿਪਸ। ਫਸਟ ਟਿਪਸ, ਨੂਡਲ ਉਬਾਲਣ ਤੋਂ ਬਾਅਦ ਜੇਕਰ ਉਹਨੇ ਠੰਡਾ ਪਾਣੀ ਪਾ ਦਿੱਤਾ ਜਾਏ ਤਾਂ ਉਹ ਆਪਸ ਚਿਪਕਣਗੇ ਨਹੀਂ। ਇਸ ਤੋਂ ਇਲਾਵਾ ਨੂਡਲ ਉਬਾਲਣ ਸਮੇਂ ਜੇਕਰ ਉਸ ਪਾਣੀ ਵਿੱਚ ਤੇਲ ਪਾ ਦਿੱਤਾ ਜਾਵੇ ਤਾਂ ਉਹ ਆਪਸ 'ਚ ਨਹੀਂ ਚਿਪਕਣਗੇ। ਸੈਕਿੰਡ ਟਿਪਸ, ਆਲੂ ਦੇ ਪਰੌਂਠੇ ਬਣਾਉਣ ਵਾਲੇ ਆਲੂ ਦੇ ਮਿਸ਼ਰਣ 'ਚ ਥੋੜ੍ਹੀ ਜਿਹੀ ਕਸੂਰੀ ਮੇਥੀ ਪਾਉਣੀ ਨਾ ਭੁੱਲੋ। ਇਸ ਨਾਲ ਪਰੌਂਠੇ ਦਾ ਸਵਾਦ ਹੋਰ ਵੀ ਵੱਧ ਜਾਏਗਾ। ਥਰਡ ਟਿਪਸ, ਜੇਕਰ ਬਿਸਕੁਟ ਦੇ ਡੱਬੇ ਹੇਠਾਂ ਬਲੋਟਿੰਗ ਪੇਪਰ ਵਿਛਾ ਕੇ ਬਿਸਕੁਟ ਰੱਖੇ ਜਾਣ ਤਾਂ ਉਹ ਛੇਤੀ ਖਰਾਬ ਨਹੀਂ ਹੁੰਦੇ। ਫੋਰਥ ਟਿਪਸ, ਜੇਕਰ ਨਿੰਬੂ ਨੂੰ ਕੁਝ ਦੇਰ ਲਈ ਪਾਣੀ ਗਰਮ ਪਾਣੀ 'ਚ ਰੱਖ ਦਿਓ ਤਾਂ ਉਸ 'ਚ ਆਸਾਨੀ ਨਾਲ ਵਧੇਰੇ ਰਸ ਕੱਢਿਆ ਜਾ ਸਕਦਾ ਹੈ। ਫਿਫਥ ਟਿਪਸ, ਮੇਥੀ ਦੀ ਕੜਵਾਹਟ ਦੂਰ ਕਰਨ ਲਈ ਥੋੜ੍ਹਾ ਜਿਹਾ ਨਮਕ ਪਾ ਕੇ ਉਸਨੂੰ ਥੋੜ੍ਹੀ ਦੇਰ ਲਈ ਰੱਖ ਦਿਓ ਅਤੇ ਆਪਾਂ ਇਸ ਮੇਥੀ ਨੂੰ ਕਈ ਦਿਨਾਂ ਤੱਕ ਸਟੋਰ ਕਰ ਸਕਦੇ ਹਾਂ ਅਤੇ ਉਸਦੀ ਕੜਾਹਟ ਵੀ ਦੂਰ ਹੋ ਜਾਵੇਗੀ। ਸਿਕਸਥ ਟਿਪਸ, ਪਨੀਰ ਨੂੰ ਬਲੋਟਿੰਗ ਪੇਪਰ 'ਚ ਲਪੇਟ ਕੇ ਫਰਿੱਜ 'ਚ ਰੱਖਣ ਨਾਲ ਕਾਫੀ ਦੇਰ ਤੱਕ ਤਾਜ਼ਾ ਰਹਿੰਦਾ ਹੈ। ਸੈਵਨਥ ਟਿਪਸ, ਆਟਾ ਗੁੰਨਣ ਵੇਲੇ ਪਾਣੀ ਨਾਲ ਥੋੜ੍ਹਾ ਜਿਹਾ ਦੁੱਧ ਮਿਲਾਓ। ਇਸ ਨਾਲ ਰੋਟੀ ਦੇ ਪਰੌਂਠੇ ਦਾ ਸਵਾਦ ਵੀ ਬਦਲ ਜਾਏਗਾ। ਏਟਥ ਟਿਪਸ, ਕੱਟੇ ਹੋਏ ਸੇਬ 'ਤੇ ਨਿੰਬੂ ਲਗਾਉਣ ਨਾਲ ਸੇਬ ਕਾਲਾ ਨਹੀਂ ਪਵੇਗਾ ਅਤੇ ਇਸ ਨੂੰ ਆਪਾਂ ਕਈ ਦਿਨਾਂ ਤੱਕ ਸਟੋਰ ਕਰ ਸਕਦੇ ਹਾਂ। ਨਾਈਨਥ ਟਿਪਸ, ਹਰੇ ਮਟਰਾਂ ਨੂੰ ਬਹੁਤੀ ਦੇਰ ਤੱਕ ਤਾਜ਼ੇ ਰੱਖਣ ਲਈ ਪਲਾਸਟਿਕ ਦੀ ਥੈਲੀ 'ਚ ਪਾ ਕੇ ਫਰਿੱਜ 'ਚ ਰੱਖ ਦਿਓ, ਉਹ ਖਰਾਬ ਨਹੀਂ ਹੋਣਗੇ। ਟੈਂਥ ਟਿਪ, ਇੱਕ ਛੋਟਾ ਜਿਹਾ ਚਮਚ ਖੰਡ ਨੂੰ ਭੂਰੀ ਹੋਣ ਤੱਕ ਭੁੰਨੋ। ਕੇਕ ਦੇ ਮਿਸ਼ਰਣ 'ਚ ਇਸ ਨੂੰ ਮਿਲਾ ਦਿਓ, ਇੰਝ ਕਰਨ ਨਾਲ ਕੇਕ ਦਾ ਰੰਗ ਚੰਗਾ ਆਵੇਗਾ। ਇਲੈਵਨਥ ਟਿਪ, ਮਹੀਨੇ 'ਚ ਇੱਕ ਵਾਰ ਮਿਕਸਰ ਅਤੇ ਗ੍ਰਾਈਂਡਰ 'ਚ ਨਮਕ ਪਾ ਕੇ ਚਲਾ ਦਿੱਤਾ ਜਾਵੇ ਤਾਂ ਉਸ ਦੇ ਬਲੇਡ ਤੇਜ਼ ਹੋ ਜਾਂਦੇ ਹਨ। ਆਪਾਂ ਇਸ ਨਾਲ ਕੋਈ ਵੀ ਚੀਜ਼ ਬਹੁਤ ਆਸਾਨੀ ਨਾਲ ਗ੍ਰੈਂਡ ਕਰ ਸਕਦੇ ਹਾਂ। ਟਵੈਲਥ ਟਿਪ, ਦਾਲ ਬਣਾਉਣ ਵੇਲੇ ਇਸ ਵਿੱਚ ਚੁਟਕੀ ਸਿੱਪੀ ਸੀ ਹਲਦੀ ਅਤੇ ਮੂੰਗਫਲੀ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਦਾਲ ਛੇਤੀ ਗਲ ਜਾਵੇਗੀ ਅਤੇ ਸਵਾਦ ਵੀ ਬਿਹਤਰ ਹੋਵੇਗਾ। ਥਰਟੀਨਥ ਟਿਪ, ਮਿਰਚਾਂ ਦੇ ਡੱਬੇ 'ਚ ਥੋੜ੍ਹੀ ਜਿਹੀ ਹਿੰਗ ਪਾਉਣ ਨਾਲ ਮਿਰਚਾਂ ਕਾਫੀ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ, ਜਿਸ ਨਾਲ ਇਸ ਮਿਰਚਾਂ ਨੂੰ ਕਈ ਦਿਨਾਂ ਤੱਕ ਸਟੋਰ ਕਰ ਸਕਦੇ ਹਾਂ। ਫੋਰਟੀਨਥ ਟਿਪ, ਲਸਣ ਦੇ ਛਿਲਕੇ ਨੂੰ ਹਲਕਾ ਜਿਹਾ ਗਰਮ ਕਰਨ ਨਾਲ ਇਹ ਆਸਾਨੀ ਨਾਲ ਉਤਰ ਜਾਂਦਾ ਹੈ। ਫਿਫਟੀਨਥ ਟਿਪਸ, ਫੁੱਲ ਗੋਭੀ ਬਣਾਉਣ ਦੇ ਸਮੇਂ ਉਸਦਾ ਰੰਗ ਚਲਾ ਜਾਂਦਾ ਹੈ, ਇਸ ਲਈ ਫੁੱਲ ਗੋਭੀ ਦੀ ਸਬਜ਼ੀ 'ਚ ਛੋਟਾ ਜਿਹਾ ਚਮਚ ਦੁੱਧ ਜਾਂ ਸਿਰਕਾ ਪਾਓ, ਫੁੱਲ ਗੋਭੀ ਦਾ ਅਸਲ ਰੰਗ ਕਾਇਮ ਰਹੇਗਾ, ਇਹ ਬਹੁਤ ਹੀ ਟੇਸਟੀ ਬਣ ਜਾਵੇਗੀ। ਸਿਕਸਟੀਨਥ ਟਿਪ, ਹਰੀ ਮਿਰਚ ਦੇ ਡੰਡੇ ਨੂੰ ਤੋੜ ਕੇ ਫਰਿੱਜ 'ਚ ਰੱਖਿਆ ਜਾਏ ਤਾਂ ਇਹ ਛੇਤੀ ਖਰਾਬ ਨਹੀਂ ਹੁੰਦੀ। ਸੈਵਨਟੀਨਥ ਟਿਪ, ਖੰਡ ਵਾਲੇ ਡੱਬੇ 'ਚ 5-6 ਲੌਂਗ ਪਾ ਦਿੱਤੇ ਜਾਣ ਤਾਂ ਇਸ 'ਤੇ ਕੀੜੀਆਂ ਨਹੀਂ ਚੜ੍ਹਦੀਆਂ। ਏਟੀਨਥ ਟਿਪ, ਬਦਾਮਾਂ ਨੂੰ ਜੇਕਰ 15-20 ਮਿੰਟ ਲਈ ਗਰਮ ਪਾਣੀ 'ਚ
ਭਿਉਂ ਦਿਓ ਤਾਂ ਇਸ ਦਾ ਛਿਲਕਾ ਆਸਾਨੀ ਨਾਲ ਉੱਤਰ ਜਾਂਦਾ ਹੈ। ਨੂਡਲਸ ਉਬਾਲਣ ਤੋਂ ਬਾਅਦ ਜੇਕਰ ਉਹਨਾਂ 'ਚ ਠੰਡਾ ਪਾਣੀ ਪਾ ਦਿੱਤਾ ਜਾਏ ਤਾਂ ਉਹ ਆਪਸ 'ਚ ਚਿਪਕਣਗੇ ਨਹੀਂ। ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦੱਸੇ ਗਏ ਰਸੋਈ ਦੇ ਕੁਝ ਟਿਪਸ ਤੁਹਾਡੇ ਜ਼ਰੂਰ ਕੰਮ ਆਉਣਗੇ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਸੁਝਾਅ ਜ਼ਰੂਰ ਦੇਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹਰ ਰੋਜ਼ ਵਧੀਆ ਟਿਪਸ ਤੁਹਾਡੇ ਲਈ ਲੈ ਕੇ ਆਈਏ। ਥੈਂਕਸ ਵਾਚਿੰਗ ਮਾਈ ਵੀਡੀਓ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਬਾਏ ਬਾਏ।